ਅਸਲਾਮੁਆਲੈਕਮ ਜੀ ਬੇਲੀਓ ਉਮੀਦ ਕਰਦਿਆਂ ਕਿ ਸਾਰੇ ਦੋਸਤ ਬਰਾ ਖੈਰ ਖਰੀਅਤ ਦੇ ਨਾਲ ਹੋਣਗੇ ਤੇ ਮੈਂ ਤੁਹਾਡਾ ਆਪਣਾ ਵੀਰ ਜੀ ਖਾਵਰ ਯਾਰ ਤੇ ਤੁਸੀਂ ਵੇਖ ਰਹੇ ਹੋ YouTube ਚੈਨਲ ਪਿੰਡ ਸਗਰਪੁਰ ਤੇ ਇਹ ਮੇਰਾ ਨੰਬਰ ਜੀ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਸਿਰਫ WhatsApp ਦਾ ਨੰਬਰ ਹੈ ਖਾਵਰ ਯਾਰ ਮੇਰਾ ਨਾਂ ਹੈ ਅਗਰ ਕੋਈ ਦੋਸਤ ਮੇਰੇ ਨਾਲ ਰਾਬਤਾ ਕਰਨਾ ਚਾਹਵੇ ਤੇ ਮੋਸਟ ਵੈਲਕਮ ਜੀ ਰਾਬਤਾ ਕਰ ਸਕਦਾ ਤੇ ਜਿਹੜਾ ਮਾਲਕਾਂ ਦਾ ਨੰਬਰ ਦਿੱਤੇ ਆ ਹੁੰਦਾ ਉਹ ਵੀਡੀਓ ਦੇ ਐਂਡ ਵਿੱਚ ਮੌਜੂਦ ਹੁੰਦਾ ਤੇ ਇਹ ਜੀ ਜਿ근 ਕੇ ਤੁਸੀਂ ਵੇਖ ਰਹੇ ਹੋ ਤੁਹਾਡੇ ਸਾਹਮਣੇ ਇੱਕ ਨੁਕਰਾ ਬਰੀਡਰ ਲੈ ਕੇ حاضر ਹੋਇਆ ਤੇ ਇਹ ਬਹੁਤ ਅੱਛਾ ਬਰੀਡਰ ਹੈ ਜੀ ਇਸ ਦੀ ਸਾਰੀ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਦੇ ਆ ਉਸ ਤੋਂ ਪਹਿਲਾਂ ਜੀ ਗੁਜ਼ਾਰਿਸ਼ ਹੈ ਕਿ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਦਫਾ ਆਇਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਦਿੱਤਾ ਕਰੋ ਤਾਂ ਕਿ ਜਿਸ ਵੇਲੇ ਅਸੀਂ ਨਵੀਂ ਵੀਡੀਓ ਚੜ੍ਹਦੇ ਜਾਈਏ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਜਾਵੇ ਤੇ ਵੀਡੀਓ ਪੂਰੀ ਵੇਖਣੀ ਆ ਜੀ ਵੀਡੀਓ ਥੋੜੀ ਜੀ ਲੰਬੀ ਜ਼ਰੂਰ ਹੋ ਜਾ ਸੀਗੀ ਲੇਕਿਨ ਵੀਡੀਓ ਪੂਰੀ ਵੇਖਣੀ ਆ ਤੁਸੀਂ ਇਹ ਘੋੜਾ ਜੀ ਇਸ ਘੋੜੇ ਦੀ ਸਾਰੀ ਡਿਟੇਲ ਵੀ ਤੁਹਾਨੂੰ ਦੱਸਨੇ ਆ ਉਸ ਤੋਂ ਬਾਅਦ ਜੀ ਇਹਦਾ ਰਿਜ਼ਲਟ ਵੀ ਤੁਹਾਡੇ ਨਾਲ ਸ਼ੇਅਰ ਕਰਾਂਦੇ ਇਹਦੇ ਬੱਚੇ ਜਿਹੜੇ ਉਹ ਕਿਸ ਤਰ੍ਹਾਂ ਆ ਰਹੇ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਦੇ ਐਂਡ ਉੱਤੇ ਸਾਰੀਆਂ ਇਹਦੀਆਂ ਡਿਟੇਲਾਂ ਤੁਹਾਨੂੰ ਦਿੰਨੇ ਆ ਤੇ ਉਸ ਤੋਂ ਪਹਿਲਾਂ ਜੀ ਤੁਹਾਨੂੰ ਦੱਸਿਏ ਕਿ ਇਹ ਕਿਨਾਂ ਕੋਲ ਬੈਨੀਫਿਟ ਇਹ ਵੀ ਹੈ ਕਿ ਇਹਨਾਂ ਕੋਈ ਵੀ ਸਹੂਲਤ ਮੌਜੂਦ ਹੈ ਜਿਹੜੀਆਂ ਘੋੜੀਆਂ ਗੱਭਣ ਨਾ ਰਾਂਦੀਆਂ ਪਈਆਂ ਹੋਣ ਉਹ ਘੋੜੀਆਂ ਇਹ ਗੱਬਣ ਕਰਾ ਕੇ ਦਿੰਦੇ ਨੇ ਅਗਰ ਮੈਂ ਜ਼ਾਤੀ ਤੌਰ ਤੇ ਗੱਲ ਕਰਾਂ ਤੇ ਮੇਰੇ ਕੋਲ ਇੱਕ ਬਹੁਤ ਹੀ ਆਊਟ ਕਲਾਸ ਬਛੇਰੀ ਆਈ ਦੁਆਕ ਬਛੇਰੀ ਆਈ ਜੀ ਮੈਂ ਉਹਨਾਂ ਚਾਰ ਤੋਂ ਪੰਜ ਦਫਾ 6 ਦਫਾ ਸੀ ਉਹਨਾਂ ਕ੍ਰਾਸ ਕਰਾ ਬੈਠੇ ਆਂ ਕਾਫੀ ਬਰੀਡਰਾਂ ਕੋਲ ਅਸੀਂ ਉਹਨਾਂ ਕ੍ਰਾਸ ਕਰਵਾਇਆ ਤੇ ਉਹ ਘੋੜੀ ਬਛੇਰੀ ਜਿਹੜੀ ਆ ਨਾਈਟ ਹਾਰੀ ਤੇ ਖੈਰ ਫਿਰ ਮੈਂ ਜੀ ਇਹਨਾਂ ਮਲਕ ਅਸਮਤ ਤੇ ਅਜਮਲ ਸਾਹਿਬ ਨਾਲ ਰਾਬਤਾ ਕੀਤਾ ਇਹ ਦੋਨੋਂ ਭਾਈ ਨੇ ਤੇ ਇਹਨਾਂ ਨਾਲ ਜੀ ਰਾਬਤਾ ਕੀਤਾ ਕਰਕੇ ਤੇ ਇਹਨਾਂ ਕੋਲੋਂ ਸਾਰੀ ਡਿਟੇਲ ਲਈ ਉਸ ਤੋਂ ਬਾਅਦ ਜੀ ਮੈਂ ਸਲਾਹ ਬਣਾਈ ਕਿ ਮੈਂ ਇਹਨਾਂ ਕੋਲ ਭੇਜ ਦੇਵਾਂ ਕਿ ਇਹ ਜਿਹੜਾ ਨਹੀਂ ਆ ਦਿਨ ਕਿ ਘੋੜੀਆਂ ਅਸੀਂ ਗੱਭਣ ਕਰਾ ਕੇ ਦਿੰਨੇ ਆ ਜਿਹੜੀ ਘੋੜੀ ਠਾਰ ਦੀ ਨਾ ਪਈ ਹੋਵੇ ਮੈਂ ਉਹ ਘੋੜੀ ਉੱਥੇ ਵੇਚ ਛੜੀ ਤੇ ਅੱਜ ਹੀ ਅਲਹਮਦੁਲਿਲਾ ਤਕਰੀਬਨ 1 ਮਹੀਨਾ ਹੋ ਗਿਆ ਹੈ ਉਹਨਾਂ ਕੋਲ ਘੋੜੀ ਵੇਜਿਆ ਤੇ ਅੱਜ ਹੀ ਮੇਰੇ ਕੋਲ ਵੀਡੀਓ ਮੌਜੂਦ ਹੈ ਵੀਡੀਓ ਆ ਗਈ ਹੈ ਉਸ ਘੋੜੀ ਦੀ ਉਹ ਘੋੜੀ ਗੱਭਣ ਨਿਕਲ ਗਈ ਹੈ ਮੇਰੀ ਜ਼ਾਤੀ ਘਰ ਦੀ ਗੋੜੀ ਆਈ ਤੇ ਉਹ ਗੋੜੀ ਗੱਭਣ ਨਿਕਲ ਗਈ ਯਾ ਅਲਹਮਦੁਲਿਲਾ ਆਓ ਜੀ ਹੁਣ ਇਸ ਘੋੜੇ ਦੀ ਅਗਰ ਡਿਟੇਲ ਦੇ ਬਾਰੇ ਵਿੱਚ ਗੱਲ ਕਰੀਏ ਤੇ ਤੁਹਾਨੂੰ ਦੀ ਸਾਰੀਆਂ ਡਿਟੇਲਾਂ ਦੇ ਵੀਏ ਅਗਰ ਇਸ ਘੋੜੇ ਦੀ ਜੀ ਗੱਲ ਕੀਤੀ ਜਾਵੇ ਲੋਕੇਸ਼ਨ ਦੀ ਤੇ ਲੋਕੇਸ਼ਨ ਇਸ ਦੀ ਜੀ ਖੁਸ਼ਾਬ ਹੈ ਤੇ ਅਗਰ ਇਹਦੀ ਜੀ ਬਲੱਡ ਲਾਈਨ ਦੀ ਗੱਲ ਕੀਤੀ ਜਾਵੇ ਤੇ ਸਫਦਰਦਾਰੂ ਕੋਟ ਵਾਲੇ ਘੋੜੇ ਦਾ ਜੀ ਇਹ ਬੱਚਾ ਸ਼ਹਜ਼ਾਦੇ ਨਾਂਗ ਦਾ ਬੱਚਾ ਬਹੁਤ ਅੱਛਾ ਘੋੜਾ ਗੁਜ਼ਰਿਆ ਜੀ ਉਹ ਤੇ ਉਸ ਤੋਂ ਬਾਅਦ ਜੀ ਅਗਰ ਇਹਦੀ ਗੱਲ ਕੀਤੀ ਜਾਵੇ ਕੱਦ ਦੀ ਤੇ ਕੱਦ ਇਸ ਘੋੜੇ ਕੋਲ ਜੀ ਬਹੁਤ ਅੱਛੀ ਹਾਈਟ ਹੈ ਇਸ ਘੋੜੇ ਕੋਲ ਡਬਲ ਬਾਡੀ ਦਾ ਬਹੁਤ ਅੱਛਾ ਘੋੜਾ ਹੈ ਜੀ ਕੰਨਾ ਕਨੋਤੀਆਂ ਦਾ ਹੱਥਾਂ ਪੈਰਾਂ ਦਾ ਬਿਲਕੁਲ ਫਿੱਟ ਹੈ ਅਗਰ ਇਹਦੀ ਜੀ ਕੱਦ ਦੀ ਗੱਲ ਕੀਤੀ ਜਾਵੇ ਤੇ ਕੱਦ ਇਸ ਘੋੜੇ ਕੋਲ ਜੀ 64 ਇੰਚ ਕੱਦ ਹੈ ਉਸ ਤੋਂ ਬਾਅਦ ਜੀ ਅਗਰ ਇਹਦੀ ਗੱਲ ਕੀਤੀ ਜਾਵੇ ਉਮਰ ਦੀ ਇਸ ਘੋੜੇ ਕੋਲ ਜੀ ਉਮਰ ਜਿਹੜੀ ਆ ਉਹ 17 ਤੋਂ 18 ਸਾਲ ਆ ਤੇ ਅਜੇ ਆਪਣੇ ਹੱਥਾਂ ਪੈਰਾਂ ਉੱਤੇ ਬਿਲਕੁਲ ਮਜੂਦ ਖੜਿਆ ਹੈ ਨੇਜ਼ਾਬਾਜ਼ੀ ਕਰ ਰਿਹਾ ਘੋੜਾ ਬਿਲਕੁਲ ਬਹੁਤ ਅੱਛਾ ਘੋੜਾ ਹੈ ਜੀ ਤੁਸੀਂ ਵੇਖ ਸਕਦੇ ਹੋ ਸੀਨਾ ਗਰਦਨ ਇਸ ਘੋੜੇ ਦੀ ਆਗਾਸ ਬੜਾ ਹੈ ਗਰਦਨ ਬੜੀ ਹੈ ਇਸ ਘੋੜੇ ਦੀ ਤੇ ਅਗਰ ਇਸ ਦੀ ਜੀ ਫੀਸ ਦੀ ਗੱਲ ਕੀਤੀ ਜਾਵੇ ਤੇ ਫੀਸ ਇਸ ਦੀ ਮਾਲਕ ਜਿਹੜੀ ਮਸਲਾਨਾ ਅਗਰ ਸਟੱਡ ਫੀਸ ਇਸ ਦੀ ਲੈ ਰਹੇ ਉਹ 5000 ਰੁਪਇਆ ਲੈ ਰਹੇ ਜੇਕਰ ਕਿਸੇ ਘੋੜੀ ਗੱਬਣ ਕਰਵਾਣੀ ਹੋਵੇ ਤਾਂ ਫੇਰੇ ਲੱਖ ਰੁਪਈਆ ਫੀਸ ਲੈਂਦੇ ਨੇ ਜਨਾਬ ਤੇ ਹੁਣ ਹੈ ਜੀ ਆ ਤੁਸੀਂ ਵੇਖ ਸਕਦੇ ਹੋ ਐ ਮਾਲਕਾਂ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਅਗਰ ਕਿਸੇ ਦੋਸਤ ਮਸਲਨ ਇੰਟਰਸਟ ਹੋਵੇ ਤੇ ਉਹਦੇ ਨਾਲ ਰਾਬਤਾ ਕਰ ਸਕਦਾ ਹੈ ਹੁਣ ਗੱਲ ਆ ਜੀ ਗਈ ਜੀ ਇਸ ਘੋੜੇ ਦੇ ਜੀ ਰਿਜ਼ਲਟ ਦੇ ਬਾਰੇ ਵਿੱਚ ਇਹ ਜੀ ਨੁਕਰਾਂ ਵਛੇਰਾ ਤੁਸੀਂ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੋਣਾ ਇਹ ਜੀ ਇਸ ਦਾ ਬੱਚਾ ਹੈ ਤੇ ਤੁਸੀਂ ਵੇਖ ਸਕਦੇ ਹੋ ਜੀ ਤਕਰੀਬਨ ਜਿੰਨੀ ਤਾਰੀਫ ਕੀਤੀ ਜਾਵੇ ਇਸ ਦੀ ਘਟ ਹੈ ਇੰਜ ਹੀ ਹੁੰਦਾ ਜੀ ਜਿੱਕਰ ਕਿਸੇ ਆਲਟੀਫੀਸ਼ਲ ਇਸ ਘੋੜੇ ਦੀ ਗਰਦਨ ਲਾਈ ਹੈ ਬਛੇਰੇ ਦੀ ਜਿ ਜਿਸ ਤਰ੍ਹਾਂ ਬਾਪ ਦੀ ਆਗਾਸ ਹੈ ਉਸੇ ਤਰ੍ਹਾਂ ਬੱਚਿਆਂ ਦਾ ਆਗਾਸ ਹੈ ਤੇ ਤੁਸੀਂ ਵੇਖ ਸਕਦੇ ਹੋ ਜੀ ਇਹ ਕੁਮਹਿਤ ਘੋੜੀ ਵਿੱਚੋਂ ਇਹ ਘੋੜਾ ਜਿਹੜਾ ਨਾ ਮਸਲਨ ਨਿਧਾਨੁਕਰਾ ਰਿਜ਼ਲਟ ਹੈ ਨੁਕਰਾ ਬੱਚਾ ਇਹਦਾ ਪੈਦਾ ਹੋਇਆ ਹੈ ਤੇ ਬਹੁਤ ਹੀ ਆਊਟ ਕਲਾਸ ਬੱਚਾ ਹੈ ਤੇ ਤੁਸੀਂ ਵੇਖ ਸਕਦੇ ਹੋ ਕੰਨਾ ਕਨੋਤੀਆਂ ਦਾ ਬੂਥੀ ਦਾ ਪੰਜਾਬ ਲੈਵਲ ਦੇ ਜੀ ਬੱਚੇ ਬਣਨੇ ਆਲੇ ਇਹ ਘੋੜੇ ਦਾ ਨਾਮ ਉਡੀਕ ਹੈ ਤੇ ਬਹੁਤ ਹੀ ਮਸ਼ਹੂਰ ਮਰੂਫ ਘੋੜਾ ਜੀ ਇਹ ਤੇ ਬਲੱਡ ਲਾਈਨ ਵੀ ਘੋੜੇ ਦੀ ਅੱਗੇ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੇ ਇਹ ਸਭ ਦਰਦਾਰ ਕੋਟ ਵਾਲੇ ਘੋੜੇ ਦਾ ਬੱਚਾ ਹੀ ਸ਼ਹਜ਼ਾਦੇ ਨਾਂਗ ਦਾ ਹੈ ਬੱਚਾ ਹੀ ਜਨਾਬ 17 ਤੋਂ 18 ਸਾਲ ਉਮਰ ਸੋ ਤੇ ਅਜੇ ਬਿਲਕੁਲ ਆਪਣੇ ਹੱਥਾਂ ਪੈਰਾਂ ਉੱਤੇ ਘੋੜਾ ਖੜਿਆ ਨੇਜ਼ਾਬਾਜ਼ੀ ਕਰ ਰਿਹਾ ਜਨਾਬ ਤੇ ਇਹ ਤੁਹਾਡਾ ਉਹਦੇ ਸਾਹਮਣੇ ਰਿਜ਼ਲਟ ਵੀ ਸ਼ੋਅ ਹੋ ਰਿਹਾ ਉਸ ਤੋਂ ਬਾਅਦ ਅਗਰ ਜੀ ਇੱਕ ਹੋਰ ਤੁਹਾਨੂੰ ਵਿਛੇਰਾ ਵਿਖਾਇਆ ਜਾਵੇ ਤੇ ਇਹ ਵੇਖੋ ਜੀ ਵਿਛੇਰਾ ਇਸ ਦਾ ਦੂਜੇ ਨੰਬਰ ਤੇ ਵਿਛੇਰਾ ਜੀ ਇਹ ਵੀ ਨੁਕਰਾ ਹੈ ਤੇ ਇਹਦੀ ਤੁਸੀਂ ਗਰਦਨ ਚੈੱਕ ਕਰੋ, ਆਗਾਸ ਚੈੱਕ ਕਰੋ। ਮੈਂ ਨਾ ਜੀ ਜਿਸ ਬਰੀਡਿੰਗ ਵਾਸਤੇ ਘੋੜੀਆਂ ਤੇ ਘੋੜਾ ਮਲਾਣਾ ਜੀ ਆਊਟ ਕਲਾਸ ਘੋੜਾ ਤੇ ਸਨ ਅਗਲੀ ਵੀਡੀਓ ਤੱਕ ਜਿਆਦਾ ਦੇਓ। ਅੱਲਾਹ হাফেজ।